ਤੀਜੇ ਮਹੀਨੇ ਚ ਸ਼ਾਮਲ ਹੋ ਚੁੱਕਾ ਆ। ਤਨਖਾਹਾਂ ਨਿਕਲਦੀਆਂ ਨੇ, ਜੇਕਰ ਇਹਨਾਂ ਦੀਆਂ ਆਪਣੀਆਂ ਤਨਖਾਹਾਂ ਰੁਕੀਆਂ ਹੁੰਦੀਆਂ ਤੇ ਸਾਨੂੰ ਕਹਿੰਦੇ ਜੀ ਦਰੀ ਕਿੱਥੇ ਵਿਛਾਉਣੀ, ਅਸੀਂ ਵੀ ਤੁਹਾਡੇ ਨਾਲ ਹੀ ਬਹਿਣਾ। ਗੱਲ ਇਹੋ ਹੀ ਆ, ਹੀਰੋ ਹੀ ਘੱਟ ਪੈ ਗਈ ਆ, ਕਿਹੜਾ ਫਰਕ ਪਿਆ। ਜਿਹੜੀਆਂ ਸਾਨੂੰ ਦੇਣੀਆਂ ਸੀ ਉਹ ਵੀ ਨਹੀਂ ਦਿੱਤੀਆਂ। ਕਹਿਣ ਦਾ ਭਾਵ ਕਿਉਂਕਿ ਨਾ ਤੁਹਾਡੇ ਜਿਹੜੇ ਡੀਪੀਓ ਆ, ਜਿਹੜੀਆਂ ਸੂਚੀਆਂ ਹੁੰਦੀਆਂ ਲੇਟ ਤੋਂ ਭੇਜਦੇ ਆ। ਮੈਂ ਛੋਟੇ ਹੁੰਦੇ ਤੋਂ ਇੱਕ ਮੀਟਿੰਗ ਪੜ੍ਹੀ ਆ ਕਿਤਾਬਾਂ ਦੇ ਵਿੱਚ, ਉਹਨੂੰ ਕਹਿੰਦੇ ਗੋਲ ਟੇਬਲ ਮੀਟਿੰਗ। ਵੀ ਜੇਕਰ ਸਾਡੇ ਸਾਥੀਆਂ ਨੇ ਆਪਣੇ ਹੱਕ ਲਈ ਜੇ ਕੇਸ ਕਰ ਹੀ ਦਿੱਤਾ ਤਾਂ ਤੁਸੀਂ ਉਹਨਾਂ ਦੀ ਗੋਲ ਟੇਬਲ ਮੀਟਿੰਗ ਕਰਾਓ, ਇਕੱਲੇ ਇਕੱਲੇ ਨੂੰ ਕਿਉਂ ਸਮਝਦੇ ਹੋ? ਸਾਹਮਣੇ ਸੱਚ ਲਈ ਫੈਸਲਾ ਕਰ ਲਓ। ਉਹ ਵੀ ਇਹ ਚਾਹੁੰਦੇ ਆ ਵੀ ਇਹ ਆਪਸ ਵਿੱਚ ਲੜੇ ਰਹਿਣ ਤੇ ਸਾਡਾ ਕੰਮ ਚੱਲਦਾ ਰਹੇ। ਮਕਰ ਜੀ ਜਿਹਨਾਂ ਨੇ ਆਪਣਾ ਪੂਰਾ ਗੁੱਸਾ ਜਿਹੜਾ ਹੈ ਉਹ ਜ਼ਾਹਰ ਕੀਤਾ ਹੈ, ਇਹ ਗੁੱਸਾ ਹਰ ਅਧਿਆਪਕ ਹੈ ਵਿੱਚ ਹੈ, ਕਿਉਂਕਿ ਜਿੰਨੀ ਪਰੇਸ਼ਾਨੀ ਅਸੀਂ ਝੱਲ ਰਹੇ ਹਾਂ ਸ਼ਾਇਦ ਇਸ ਦਫ਼ਤਰ ਨੂੰ ਉਹ ਜ਼ਰੂਰ ਨਹੀਂ ਸਿਰ ਪਈ, ਕਿਉਂਕਿ ਡੀਪੀ ਸਾਹਿਬ ਦੀ ਮੀਟਿੰਗ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਸੀਗਾ ਜਦੋਂ ਵੱਲੋਂ। ਮੈਨੂੰ ਯਾਦ ਆ ਕਿ ਜਦੋਂ ਉਹਨਾਂ ਨੇ ਉਹ ਚਿੱਠੀ ਕੱਢ ਕੇ ਦਿਖਾਈ, ਕਿਉਂਕਿ ਵੱਡੇ ਅਫਸਰ ਨੇ ਔਰ ਵਾਕਈ ਜੀਵਾਂ ਦੀ ਜਿਹੜੀ ਗਿਣਤੀ ਜਿਹੜੀ ਘੱਟ ਸੀ, ਜਿਹਨਾਂ ਕਹਿ ਲਓ ਜੀ ਸੁਣ ਲਓ ਡੀਓ ਸਾਹਿਬ ਕਹਿੰਦੇ ਨੇ। ਮੈਂ ਪ੍ਰਮੋਸ਼ਨਾਂ ਬਾਰੇ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਹਾਂ, ਕਿਉਂਕਿ ਮੇਰੇ ਸਾਹਮਣੇ ਗੱਲ ਹੋਈ। ਮੈਂ ਵੀ ਕਿਹਾ ਜੀ ਸਾਡਾ ਜਿਹੜਾ ਜਲੰਧਰ ਜਿਹੜਾ ਹੈ ਉਹ ਪ੍ਰਮੋਸ਼ਨਾਂ ਦੀ ਹੋ ਚੁੱਕੀਆਂ ਨੇ, ਨਹੀਂ ਹੋਈਆਂ। ਕਹਿੰਦੇ ਤੁਹਾਡੇ ਡੀਓ ਨੇ ਸਾਨੂੰ ਦੇਖ ਕੇ ਦਿੱਤਾ, ਆਹ ਦੇਖੋ ਕਿ ਤੁਹਾਡੀਆਂ ਸਾਰੀਆਂ ਪ੍ਰਮੋਸ਼ਨਾਂ ਕਰ ਦਿੱਤੀਆਂ ਨੇ। ਬੜਾ ਹੈਰਾਨ ਸਾਹਿਬ ਹੈ, ਜੇ ਤੁਹਾਨੂੰ ਇੰਨੇ ਜਦੋਂ ਦੁੱਖ ਦਾ ਤੇ ਜਿਹੜੇ ਕਲਰਕ ਨੂੰ ਨਾਲ